ਸਤਿ ਸ਼੍ਰੀ ਅਕਾਲ ਮੈਂ ਅੰਮ੍ਰਿਤ ਵਰਦੀ ਤੇ ਜਸ ਪੰਜਾਬੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਾਡੀ ਖਾਸ ਪੇਸ਼ਕਸ਼ ਦੇ ਵਿੱਚ ਮੀਡੀਆ ਲੋਕਤੰਤਰ ਦਾ ਚੌਥਾ ਖੰਭਾ ਹੈ ਤੇ ਮੀਡੀਆ ਦੇ ਕੋਲ ਹਰ ਕਿਸੇ ਨੂੰ ਆਪਣਾ ਪੱਖ ਰੱਖਣ ਦਾ ਹੱਕ ਲੋਕਤੰਤਰਿਕ ਮੁਲਕਾਂ ਦਾ ਸੰਵਿਧਾਨ ਦਿੰਦਾ ਹੈ ਤੇ ਇਸੇ ਹੱਕ ਤਹਿਤ ਡੀਐਸਜੀਐਮਸੀ ਪ੍ਰਧਾਨ ਮਨਜੀਤ ਸਿੰਘ ਜੀ ਕੇ ਵੀ ਜਸ ਬ੍ਰਾਡਕਾਸਟਿੰਗ ਦੇ ਸਟੂਡੀਓ ਪਹੁੰਚੇ ਪਰ ਜਿਵੇਂ ਹੀ ਜੀ ਕੇ ਸਟੂਡੀਓ ਤੋਂ ਬਾਹਰ ਨਿਕਲੇ ਉਹਨਾਂ ਨੂੰ ਕੁਝ ਸ਼ਰਾਬੀ ਗੁੰਡਿਆਂ ਨੇ ਘੇਰ ਲਿਆ ਨਿਊਯਾਰਕ 'ਚ ਵਾਪਰੀ ਇਸ ਘਟਨਾ ਦੀ ਜਸ ਬ੍ਰਾਡਕਾਸਟਿੰਗ ਕੜੇ ਸ਼ਬਦਾਂ 'ਚ ਨਿੰਦਾ ਕਰਦਾ ਹੈ ਕਿਉਂਕਿ ਇਹ ਹਮਲਾ ਸਾਡੇ ਸਟੂਡੀਓ ਪੁੱਜੇ ਮਹਿਮਾਨ 'ਤੇ ਨਹੀਂ ਬਲਕਿ ਹਮਲਾ ਮੀਡੀਆ ਦੀ ਆਜ਼ਾਦੀ 'ਤੇ ਵੀ ਹੈ ਸਾਡਾ ਸਵਾਲ ਇੱਕੋ ਹੀ ਹੈ ਗੁੰਡਿਆਂ ਨੂੰ ਆਜ਼ਾਦੀ ਕੌਣ ਦੇ ਰਿਹਾ ਹੈ ਡੀਐਸਜੀਐਮਸੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਤੇ ਨਿਊਯਾਰਕ ਦੇ ਵਿੱਚ ਕੁਝ ਗੁੰਡਿਆਂ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਇਹ ਪੂਰਾ ਵਾਕਿਆ ਉਸ ਵੇਲੇ ਵਾਪਰਿਆ ਜਦੋਂ ਮਨਜੀਤ ਸਿੰਘ ਜੀ ਕੇ ਜਸ ਪੰਜਾਬੀ ਦੇ ਲਾਈਵ ਪ੍ਰੋਗਰਾਮ ਅੱਜ ਦਾ ਮੁੱਦਾ 'ਚ ਹਿੱਸਾ ਲੈਣ ਤੋਂ ਬਾਅਦ ਸਟੂਡੀਓ ਤੋਂ ਬਾਹਰ ਨਿਕਲੇ ਜੀ ਕੇ ਦੇ ਨਾਲ ਬਦਸਲੂਕੀ ਕਰਨ ਤੋਂ ਇਲਾਵਾ ਇਸ ਮੌਕੇ ਜੀ ਕੇ ਦੇ ਛੋਟੇ ਭਰਾ ਤੇ ਭਾਬੀ ਦੇ ਨਾਲ ਵੀ ਸ਼ਰਾਬੀ ਗੁੰਡਿਆਂ ਨੇ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਪੂਰਾ ਮਾਮਲਾ ਕੀ ਹੈ ਦੇਖੋ ਜਸ ਪੰਜਾਬੀ ਦੀ ਐਕਸਕਲੂਸਿਵ ਰਿਪੋਰਟ ਬਹਿਸ ਤੋਂ ਹੱਥੋਂ ਪਾਈ ਤੱਕ ਦੀਆਂ ਇਹ ਤਸਵੀਰਾਂ ਨਿਊਯਾਰਕ 'ਚ ਜਸ ਬ੍ਰਾਡਕਾਸਟਿੰਗ ਦੇ ਦਫ਼ਤਰ ਦੇ ਬਾਹਰ ਦੀਆਂ ਨੇ ਰਾਤ ਦੇ ਹਨੇਰੇ 'ਚ ਇਹ ਗੁੰਡੇ ਸ਼ਰਾਬ 'ਚ ਟੱਲੀ ਹੋ ਕੇ ਮਨਜੀਤ ਸਿੰਘ ਜੀਕੇ ਅਤੇ ਉਹਨਾਂ ਦੇ ਪਰਿਵਾਰ ਨੂੰ ਟਾਰਗੇਟ ਕਰਨ ਪਹੁੰਚੇ ਇਹਨਾਂ ਗੁੰਡਿਆਂ ਨੂੰ ਚੰਗੀ ਤਰ੍ਹਾਂ ਤੁਸੀਂ ਵੀ ਦੇਖ ਲਓ ਗੁੰਡਾ ਨੰਬਰ 1 ਗੁੰਡਾ ਨੰਬਰ 2 ਗੁੰਡਾ ਨੰਬਰ 3 ਗੁੰਡਾ ਨੰਬਰ 4 ਸ਼ਰਾਬੀ ਗੁੰਡਿਆਂ ਨੇ ਜੀਕੇ ਸਣੇ ਉਹਨਾਂ ਦੇ ਪਰਿਵਾਰ ਨੂੰ ਵੀ ਗਾਲਾਂ ਕੱਢੀਆਂ ਜੀਕੇ ਨੂੰ ਲਲਕਾਰਨ ਅਤੇ ਉਹਨਾਂ ਦਾ ਛੋਟਾ ਭਰਾ ਤੇ ਭਾਬੀ ਜੀਕੇ ਦੀ ਢਾਲ ਬਣ ਕੇ ਅੱਗੇ ਆ ਕੇ ਖੁਦ ਨਸ਼ੇ 'ਚ ਟੱਲੀ ਇਹਨਾਂ ਗੁੰਡਿਆਂ ਨੇ ਪੰਜਾਬ 'ਚ ਨਸ਼ੇ ਤੋਂ ਲੈ ਕੇ ਪਤਾ ਨਹੀਂ ਕੀ ਬੋਲਣਾ ਸ਼ੁਰੂ ਕਰ ਦਿੱਤਾ ਕੋਈ ਅਕਲ ਨਹੀਂ ਮੁੰਦਰਾਂ ਤੁਸੀਂ ਕੰਨਾਂ 'ਚ ਪਾਈਆਂ ਦਾਰੂ ਤੁਸੀਂ ਪੀ ਕੇ ਆਏ ਹੋ ਤੁਹਾਨੂੰ ਅਕਲ ਨਹੀਂ ਆਉਂਦੀ ਮਨਜੀਤ ਸਿੰਘ ਜੀਕੇ ਅਤੇ ਅਮਰੀਕਾ ਵਿੱਚ ਰਹਿੰਦੇ ਉਹਨਾਂ ਦੇ ਭਰਾ ਇੰਦਰਜੀਤ ਸਿੰਘ ਇਹ ਸਭ ਸ਼ਾਇਦ ਬਰਦਾਸ਼ਤ ਵੀ ਕਰ ਲੈਂਦੇ ਪਰ ਇਹ ਬਰਦਾਸ਼ਤ ਤੋਂ ਬਾਹਰ ਸੀ ਜਦੋਂ ਇਹਨਾਂ ਗੁੰਡਿਆਂ ਨੇ ਜੀਕੇ ਦੀ ਭਾਬੀ ਨੂੰ ਮੰਦਾ ਬੋਲਣਾ ਸ਼ੁਰੂ ਕਰ ਦਿੱਤਾ ਭਜਿਆ ਕੋ ਜਨ ਉਹ ਵੱਡੇ ਸਰਦਾਰ ਦੀ ਔਲਾਦ ਤੂੰ ਓਏ ਤੂੰ ਕਿੱਥੇ ਖੜਾ ਤੇਰਾ ਇਹ ਹਾਲ ਹੈ ਤੂੰ ਪੱਗ ਨੂੰ ਹੱਥ ਲਾਇਆ ਉਹਦਾ ਮੈਂ ਤਾਂ ਲਾਇਆ ਹੀ ਨਹੀਂ ਤੂੰ ਲਾਇਆ ਪੱਗ ਨੂੰ ਤੂੰ ਲਾਇਆ ਪੱਗ ਨੂੰ ਤੂੰ ਜਨਾਨੀ ਨੂੰ ਹੱਥ ਲਾਉਂਦਾ ਇਹ ਸਭ ਕੁਝ ਕੈਮਰੇ 'ਚ ਕੈਦ ਹੋ ਰਿਹਾ ਸੀ ਜਸ ਬ੍ਰਾਡਕਾਸਟਿੰਗ ਦੀ ਟੀਮ ਵੀ ਇਹਨਾਂ ਗੁੰਡਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਰਹੀ ਪਰ ਇਹਨਾਂ ਗੁੰਡਿਆਂ ਤੇ ਪਤਾ ਨਹੀਂ ਕਿਹੜਾ ਭੂਤ ਸਵਾਰ ਸੀ ਖੈਰ ਜਿਵੇਂ ਕਿਵੇਂ ਇਹ ਮਾਮਲਾ ਪੁਲਿਸ ਤੱਕ ਪਹੁੰਚਾ ਦਿੱਤਾ ਗਿਆ ਪਰ ਸਵਾਲ ਸੁਲਗਦੇ ਪਏ ਨੇ ਸਵਾਲ ਇਹ ਕਿ ਮੀਡੀਆ ਦੀ ਆਜ਼ਾਦੀ ਤੇ ਹਮਲਾ ਕਰਨ ਵਾਲੇ ਇਹ ਗੁੰਡੇ ਕਿਸ ਨੇ ਭੇਜੇ ਨੇ ਕੀ ਸਟੂਡੀਓ ਵਿੱਚ ਲਾਈਵ ਪ੍ਰੋਗਰਾਮ ਵੇਲੇ ਦਫ਼ਤਰ ਦੇ ਬਾਹਰ ਹੁਣ ਪੈਰਾ ਲਾਉਣਾ ਪਏਗਾ ਮਨਜੀਤ ਸਿੰਘ ਜੀਕਰ ਨੂੰ ਧਮਕਾਉਣ ਵਾਲਿਆਂ ਦਾ ਅਸਲ ਮਕਸਦ ਕੀ ਸੀ ਪੰਥ ਦੇ ਮੁੱਦਿਆਂ ਦਾ ਸਹਾਰਾ ਲੈ ਕੇ ਗੁੰਡਾਗਰਦੀ ਦੇ ਲਾਇਸੈਂਸ ਕੌਣ ਵੰਡ ਰਿਹਾ ਹੈ ਕੀ ਜੀਕੇ ਦੇ ਬਹਾਨੇ ਮੀਡੀਆ ਨੂੰ ਡਰਾਉਣ ਦੀ ਕੋਸ਼ਿਸ਼ ਹੋ ਰਹੀ ਹੈ ਇਹ ਉਹ ਸਾਰੇ ਸਵਾਲ ਨੇ ਜੋ ਜਵਾਬ ਮੰਗਦੇ ਨੇ ਕਿ ਅਮਰੀਕਾ ਵਿੱਚ ਇਕੱਲੇ ਨਸਲੀ ਹਮਲੇ ਨਹੀਂ ਸਗੋਂ ਸਪੌਂਸਰਡ ਹਮਲੇ ਵੀ ਸਿੱਖ ਕੌਮ ਦੇ ਲਈ ਖਤਰਾ ਨੇ ਗੁੰਡਾਗਰਦੀ ਦੀ ਰਿਪੋਰਟ ਨਿਊਯਾਰਕ ਪੁਲਿਸ ਤੱਕ ਵੀ ਪੁੱਜ ਗਈ ਹੈ ਪੁਲਿਸ ਇਹਨਾਂ ਗੁੰਡਿਆਂ ਦੀ ਪੈੜ ਨੱਪਣ 'ਚ ਲੱਗੀ ਹੈ ਪਰ ਮੀਡੀਆ ਦੀ ਆਜ਼ਾਦੀ ਤੇ ਹਮਲਾ ਕਰਨ ਵਾਲਿਆਂ ਤੋਂ ਜਸ ਬ੍ਰਾਡਕਾਸਟਿੰਗ ਡਰਦਾ ਨਹੀਂ ਹੈ ਅਸੀਂ ਫਿਰ ਤੋਂ ਡੀਐਸਜੀਐਮਸੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੂੰ ਸਟੂਡੀਓ 'ਚ ਸੱਦਿਆ ਤੇ ਪੁੱਛਿਆ ਜੀਕੇ ਤੇ ਹਮਲਾ ਕਰਨ ਵਾਲੇ ਕੌਣ ਸਨ ਤੁਸੀਂ ਵੀ ਸੁਣੋ ਜੀਕੇ ਦੀ ਜ਼ੁਬਾਨੀ ਪੂਰੀ ਕਹਾਣੀ ਆ ਦੋਸਤੋ ਜਸ ਪੰਜਾਬੀ ਦੇ ਇਤਿਹਾਸ ਦੇ ਵਿੱਚ ਸ਼ਾਇਦ ਮੇਰਾ ਖਿਆਲ ਹੈ ਕਿ 12-13 ਵਰ੍ਹਿਆਂ ਦੀ ਪਹਿਲੀ ਘਟਨਾ ਹੋਏਗੀ ਕਿ ਕਿਸੇ ਮਹਿਮਾਨ ਨੂੰ ਪ੍ਰਵੋਕ ਕਰਕੇ ਉਸ ਦੇ ਨਾਲ ਲੜਾਈ ਕਰਨ ਦੇ ਇਰਾਦੇ ਦੇ ਨਾਲ ਕੁਝ ਅੱਧੀ ਦਰਜਨ ਵਿਅਕਤੀ ਜਿਹੜੇ ਕਿ ਨਸ਼ੇ ਦੀ ਹਾਲਤ ਦੇ ਵਿੱਚ ਸਨ ਦਫ਼ਤਰ ਦੇ ਅੱਗੇ ਗੱਡੀ ਲਗਾ ਕੇ ਜਿਹੜੇ ਸੀ ਉਹ ਖਲੋਤੇ ਸਨ ਔਰ ਮੈਂ ਸਮਝਾਂਗਾ ਕਿ ਇੱਕ ਮੀਡੀਆ ਦੇ ਉੱਤੇ ਇਹ ਕਿਸੇ ਮੀਡੀਆ ਦੇ ਮਹਿਮਾਨ ਦੇ ਉੱਤੇ ਆਏ ਦੇ ਉੱਤੇ ਹਮਲਾ ਕਰਨ ਦੀ ਗੱਲ ਨਹੀਂ ਪਰ ਇੱਕ ਮੀਡੀਆ ਦੇ ਉੱਤੇ ਜਿਹੜਾ ਹੈ ਉਹ ਹਮਲਾ ਹੈ ਕਿ ਮੀਡੀਆ ਦੇ ਦਫ਼ਤਰ ਦੇ ਉੱਤੇ ਇਸ ਤਰ੍ਹਾਂ ਦਾ ਜਿਹੜਾ ਉਹ ਹਮਲਾ ਕਰਨਾ ਕਿਉਂਕਿ ਮੀਡੀਆ ਦੇ ਅੰਦਰ ਆਇਆ ਹੋਇਆ ਗੈਸਟ ਉਸ ਮੀਡੀਆ ਦਾ ਉਹ ਗੈਸਟ ਹੈ ਅਤੇ ਇਹ ਹਮਲਾ ਜਿਹੜਾ ਉਸ ਦਫ਼ਤਰ ਦੇ ਮੂਹਰੇ ਕਰਨ ਦੀ ਕੋਸ਼ਿਸ਼ ਕਰਨੀ ਪਰ ਮੈਂ ਇਹ ਸਮਝਾਂਗਾ ਕਿ ਸ਼ਾਇਦ ਕੋਈ ਹੋਰ ਲੀਡਰ ਹੁੰਦਾ ਤਾਂ ਸ਼ਾਇਦ ਉਹ ਚਲੇ ਜਾਂਦਾ ਗੱਡੀ ਦੇ ਵਿੱਚ ਬੈਠ ਕੇ ਜਾਂ ਭੱਜ ਜਾਂਦਾ ਔਰ ਜਿਸ ਤਰ੍ਹਾਂ
ਮੇਰਾ ਖਿਆਲ ਹੈ ਕਿ ਮਨਜੀਤ ਸਿੰਘ ਜੀ ਕੇ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ। ਇੱਕ ਸ਼ਰਾਬੀ ਵਿਅਕਤੀ ਵੱਲੋਂ ਸਿਰਫ ਗੱਡੀ ਦੇ ਟਾਇਰਾਂ ਦੇ ਉੱਤੇ ਜੁੱਤੀਆਂ ਮਾਰ ਮਾਰ ਕੇ ਖੜਕਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਉਹ ਇੱਕ ਸ਼ਰਮਨਾਕ ਹਾਦਸਾ ਸੀ। ਸ਼ਾਇਦ ਮੈਂ ਸਮਝਾਂਗਾ ਕਿ ਸਾਡੇ ਸਿੱਖ ਸੱਭਿਅਕ ਜੀਵਨ ਦਾ ਵੀ ਉਹ ਹਿੱਸਾ ਨਹੀਂ ਔਰ ਸਾਡੇ ਪੰਜਾਬੀ ਕਲਚਰ ਦਾ ਵੀ ਉਹ ਹਿੱਸਾ ਨਹੀਂ ਜਿਸ ਦੀ ਰੱਜ ਕੇ ਨਿਖੇਧੀ ਕੀਤੀ ਜਾਵੇ, ਤਾਂ ਉਹ ਬਹੁਤ ਵੱਡੀ ਗੱਲ ਹੈ। ਪਰ ਮਸਲਾ ਇਸ ਗੱਲ ਦਾ ਕਿ ਇਹ ਤਸਵੀਰਾਂ ਬੋਲਣਗੀਆਂ ਕਿਸ ਢੰਗ ਦੇ ਨਾਲ ਕਿ ਅੱਜ ਕਿਸੇ ਰਾਜਨੀਤਿਕ ਪਾਰਟੀ ਦਾ, ਚਾਹੇ ਉਹ ਕਾਂਗਰਸ ਸੀ, ਚਾਹੇ ਉਹ ਅਕਾਲੀ ਦਲ ਸੀ, ਚਾਹੇ ਉਹ ਭਾਜਪਾ ਸੀ, ਚਾਹੇ ਉਹ ਵੱਡੇ ਤੋਂ ਵੱਡਾ ਲੀਡਰ ਸੀ, ਹਰ ਇੱਕ ਗੱਡੀ ਦੇ ਵਿੱਚ ਬੈਠ ਕੇ ਚੁੱਪ ਚੁਪੀਤਾ, ਮੇਰਾ ਖਿਆਲ ਹੈ ਕਿ ਆਪ ਤੁਰ ਜਾਣਾ ਲੋਚਦਾ ਸੀ ਕਿ ਚਲੋ ਚੱਲੀਏ ਇੱਥੋਂ। ਇਹ ਘਟਨਾਵਾਂ ਗੁਰਦੁਆਰਿਆਂ ਦੇ ਵਿੱਚ, ਇਹ ਘਟਨਾਵਾਂ ਮੈਂ ਸਮਝਾਂਗਾ ਕਿ ਗੁਰਦੁਆਰੇ ਦੇ ਵੱਡੇ ਵੱਡੇ ਪ੍ਰੋਗਰਾਮਾਂ ਦੇ ਵਿੱਚ ਬਰਦਾਸ਼ਤ ਕੀਤੀਆਂ ਜਾਂਦੀਆਂ ਰਹੀਆਂ, ਪਰ ਮਸਲਾ ਇਸ ਗੱਲ ਦਾ ਕਿ ਅੱਜ ਦੀ ਤਰੀਕ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਸੀ ਉਹ ਹਮਲਾ, ਜਿਹੜਾ ਮੀਡੀਆ ਦੇ ਦਫ਼ਤਰ ਦੇ ਉੱਤੇ ਹਮਲਾ ਸਮਝਿਆ ਜਾ ਸਕਦਾ, ਉਸ ਨੂੰ ਬਖਸ਼ਿਆ ਨਹੀਂ ਜਾ ਸਕਦਾ ਔਰ ਉਹ ਨਾ ਹੀ ਜਿਹੜੀ ਹੈ ਉਹ ਸੰਭਵ ਹੈ ਬਖਸ਼ਿਆ। ਪਰ ਮਸਲਾ ਇਸ ਗੱਲ ਦਾ ਕਿ ਕਿਸ ਢੰਗ ਨਾਲ ਮਨਜੀਤ ਸਿੰਘ ਜੀ ਕੇ ਨੇ ਇਕੱਲੇ ਨੇ ਹੀ ਇਸ ਗੱਲ ਭੱਜ ਜਾਣ ਦੀ ਬਜਾਏ ਡਟ ਕੇ ਇਸ ਗੱਲ ਦਾ ਵਿਰੋਧ ਕੀਤਾ ਔਰ ਘਟਨਾ ਬਕਾਇਦਾ ਤੌਰ ਦੇ ਉੱਤੇ ਕੀ ਹੋਈ ਹੈ ਉਹ ਮਨਜੀਤ ਸਿੰਘ ਜੀ ਕੇ ਪ੍ਰਧਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਜ਼ਬਾਨੀ ਦੱਸਣਗੇ। ਜੀ ਕੇ ਸਰ, ਕੀ ਘਟਨਾ ਦਾ ਹਾਲ ਸੀ? ਮੈਂ ਸਮਝਦਾ ਕਿ ਤੁਹਾਡੇ ਨਾਲ ਮੈਂ ਅੱਜ ਮੁੱਦਾ ਕਰਕੇ ਗਿਆ ਔਰ ਜਿਹੜੀਆਂ ਅਹਿਮ ਗੱਲਾਂ ਅੱਜ ਹਿਸਟਰੀ ਦੇ ਉਹ ਪੱਖ ਤੁਸੀਂ ਬਾਹਰ ਕੱਢੇ ਸੀਗੇ ਜੀ, ਜਿਹੜੇ 1984 ਦੀ ਸੱਚ ਦੀ ਦੀਵਾਰ ਤੋਂ ਲੈ ਕੇ ਹੋਰ ਜਿਹੜੇ ਇਤਿਹਾਸਿਕ ਇਸ਼ੂਜ਼ ਨੇ ਸਾਰੇ ਲਏ ਸੀ ਔਰ ਇਸ ਇੱਕ ਘੰਟੇ ਦੇ ਵਿੱਚ ਮੈਂ ਕਿਸੇ ਕਿਸਮ ਦੀ ਕੋਈ ਕਿਸੇ ਦੇ ਖਿਲਾਫ ਗੱਲ ਨਹੀਂ ਕੀਤੀ ਜੀ। ਪਰ ਜਦੋਂ ਮੈਂ ਬਾਹਰ ਨਿਕਲਿਆ, 10:15 ਦਾ ਵਕਤ ਸੀਗਾ, ਤੁਸੀਂ ਮੈਨੂੰ ਚਾਹ ਕੌਫੀ ਪਿਆ ਕੇ ਧੋ ਰਿਹਾ, ਮੈਂ ਬਾਹਰ ਨਿਕਲਦਾ, ਮੇਰੇ ਨਾਲ ਤੁਹਾਡਾ ਹਰਕੀਰਤ ਸਿੰਘ ਜਿਹੜਾ ਰਿਪੋਰਟਰ ਉਹ ਨਾਲ ਸੀਗਾ, ਮੇਰਾ ਛੋਟਾ ਬ੍ਰਦਰ ਇੰਦਰਜੀਤ ਸਿੰਘ, ਉਹਦੀ ਵਾਈਫ ਮਨਵੀਨ, ਅਸੀਂ ਬਾਹਰ ਨਿਕਲਦੇ ਹਾਂ। ਬਾਹਰ ਨਿਕਲਦੇ ਹੀ 6-7-8 ਮੁੰਡੇ 4-5 ਪਾਸਿਓਂ ਉਹ ਆ ਗਏ ਔਰ ਆ ਕੇ ਜੋ ਭੱਦੀ ਸ਼ਬਦਾਵਲੀ ਔਰ ਗਾਲਾਂ ਮੈਨੂੰ ਉਹ ਕੱਢਣ ਲੱਗੇ। ਪਹਿਲੇ ਮੈਂ ਦੇਖਾਂ ਹੈ ਕੌਣ ਨੇ, ਪਹਿਲੇ ਤਾਂ ਉਹਨਾਂ ਨੇ ਹਾਲ ਚਾਲ ਪੁੱਛਿਆ, ਲੇਕਿਨ ਜਦੋਂ ਉਹਨਾਂ ਦੀ ਜ਼ੁਬਾਨ ਸੁਣੀ, ਜਦੋਂ ਉਹਨਾਂ ਦਾ ਲਹਿਜ਼ਾ ਸੁਣਿਆ ਤਾਂ ਮੈਨੂੰ ਸਮਝ ਆ ਗਈ। ਮੈਂ ਸਮਝਦਾ ਮੈਨੂੰ ਇਹ ਗੱਲ ਕਹਿਣੀ ਨਹੀਂ ਚਾਹੀਦੀ, ਉਹ ਸੋਚਦੇ ਸੀਗੇ ਕਿ ਸ਼ਾਇਦ ਮੈਂ ਭੱਜੂੰਗਾ, ਸ਼ਾਇਦ ਮੈਂ ਕੁਛ ਕਰੂੰਗਾ, ਲੇਕਿਨ ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਠੋਕ ਕੇ ਜਵਾਬ ਦਿੱਤੇ ਨੇ ਔਰ ਉਹਨਾਂ ਕੋਲ ਸਾਰੀਆਂ ਵੀਡੀਓ ਨੇ ਜਿਹੜੀਆਂ ਕੱਟ ਕੇ ਪਾੜੀਆਂ ਨਾ, ਉਹ ਪੂਰੀਆਂ ਪਾਉਣਾ ਜੋ ਮੈਂ ਵੀ ਬੋਲਿਆ ਵਾਂ, ਉਹ ਸਾਰੇ ਸ਼ਬਦ ਵੀ ਪਾ ਦੇਣਾ ਜੋ ਮੈਂ ਬੋਲਿਆ ਵਾਂ। ਮੇਰਾ ਛੋਟੇ ਬ੍ਰਦਰ ਦੇ ਉੱਤੇ ਹਮਲਾ ਕੀਤਾ, ਉਹਦੀ ਵਾਈਫ ਨੂੰ ਇਹਨਾਂ ਨੇ ਧੱਕਾ ਮਾਰਨ ਦੀ ਕੋਸ਼ਿਸ਼ ਕੀਤੀ ਹੈ, ਮੇਰੇ ਲਾਗੇ ਨਹੀਂ ਆਏ, ਉਹ ਫਿਰ ਖੜੀ ਗੱਡੀ ਮੇਰੇ ਭਰਾ ਦੇ ਉੱਤੇ ਜੁੱਤੀਆਂ ਮਾਰ ਕੇ ਦੱਸਣਾ ਚਾਹ ਰਹੇ ਸੀਗੇ ਕਿ ਮੈਂ ਅਸੀਂ ਮਨਜੀਤ ਸਿੰਘ ਨੂੰ ਜੁੱਤੀਆਂ ਮਾਰ ਰਹੇ ਹਾਂ। ਉਹ ਭਾਈ, ਸਾਨੂੰ ਹਿੰਦੁਸਤਾਨ ਦੀ ਸਰਕਾਰ ਨਹੀਂ ਮਾਰ ਸਕੀ, ਸਾਨੂੰ ਸੱਜਣ ਟਾਈਟਲਰ ਭਗਤ ਵਰਗੇ ਨਹੀਂ ਮਾਰ ਸਕੇ, ਸਾਨੂੰ ਸਰਕਾਰ ਦੀ ਗੋਲੀਆਂ ਨਹੀਂ ਮਾਰ ਸਕੀਆਂ, ਮੇਰੇ ਪਿਤਾ ਨੇ ਛਾਤੀ 'ਤੇ ਗੋਲੀ ਖਾਧੀ ਸੀ, ਮੈਂ ਤਿਆਰ ਹਾਂ, ਤਿਆਰ ਰੱਖੋ ਆਪਣੀਆਂ ਬੰਦੂਕਾਂ ਅਤੇ ਆਪਣੀਆਂ ਗੋਲੀਆਂ, ਮੈਂ ਛਾਤੀ ਅੱਡ ਕੇ ਖੜਾ ਵਾਂ ਤੁਹਾਡੀ ਗੋਲੀ ਖਾਣ ਵਾਸਤੇ, ਡਰ ਨਹੀਂ ਸਕਦਾ ਤੁਹਾਡੇ ਕੋਲੋਂ, ਤੁਹਾਡੀ ਗਿੱਦੜ ਭਪਕੀਆਂ ਤੋਂ। ਤੁਸੀਂ ਕੱਲ੍ਹ ਗੁਰੂ ਘਰ ਦੇ ਵਿੱਚ ਗਏ ਹੋ, ਸ਼ਰਮ ਨਹੀਂ ਆਈ? ਤੁਸੀਂ ਕੀਰਤਨ ਚੱਲਦਾ ਹੋਵੇ, ਮਹਾਰਾਜ ਦਾ ਪ੍ਰਕਾਸ਼ ਹੋਵੇ ਉੱਥੇ, ਔਰ ਤੁਸੀਂ ਗੁਰੂ ਦੀ ਬੇਅਦਬੀ ਕੀਤੀ, ਮੇਰੇ ਜਾਣ ਤੋਂ ਘੰਟਾ ਪਹਿਲੇ ਤੁਹਾਨੂੰ ਸੰਗਤ ਨੇ ਧੱਕੇ ਮਾਰ ਕੇ ਕੱਢਿਆ, ਉੱਥੇ 5-7 ਹਜ਼ਾਰ ਬੰਦੇ ਦੀ ਹਾਜ਼ਰੀ ਸੀ, ਜੇ ਤੁਹਾਡੇ ਨਾਲ ਕੋਈ ਬੰਦੇ ਹੁੰਦੇ ਜਿਹੜੇ ਨਾਰੇ ਤੁਸੀਂ ਬਾਹਾਂ ਚੁੱਕ ਚੁੱਕ ਕੇ ਮਾਰਦੇ ਹੋ, ਜੇ ਤੁਹਾਡੇ ਨਾਲ ਕੋਈ ਬੰਦੇ ਹੁੰਦੇ ਤਾਂ ਉਹ ਉੱਠ ਕੇ ਉਹਨਾਂ ਬੰਦਿਆਂ ਨੂੰ ਰੋਕਦੇ ਜਿਹੜੇ ਤੁਹਾਨੂੰ ਧੱਕੇ ਮਾਰ ਰਹੇ ਸਨ, ਤੁਸੀਂ ਜੁੱਤੀਆਂ ਛੱਡੇ ਬਗੈਰ ਪਾਏ ਬਗੈਰ ਉੱਥੋਂ ਦੀ ਭੱਜੇ ਹੋ ਸਾਰੇ, ਅੱਜ ਮੈਨੂੰ ਇਕੱਲੇ ਨੂੰ ਘੇਰਨ ਆਏ ਹੋ ਅੱਧੀ ਰਾਤੀ ਪਰਾਏ ਦੇਸ਼ ਦੇ ਵਿੱਚ, ਤੁਸੀਂ ਅੱਜ ਮੈਨੂੰ ਇਕੱਲੇ ਨੂੰ ਘੇਰਨ ਆਏ ਹੋ ਇੱਥੇ ਪਰਾਏ ਦੇਸ਼ ਦੇ ਵਿੱਚ, ਮੈਂ ਇਹ ਸਮਝਦਾ ਵਾਂ ਬੜੇ ਭੁਲੇਖੇ 'ਚੋਂ ਤੁਸੀਂ ਮੇਰੇ 'ਤੇ 90 ਬੰਦਿਆਂ ਨੇ ਕਿਰਪਾਨਾਂ ਮਾਰੀਆਂ ਸੀ 15 ਨਵੰਬਰ 2012 ਨੂੰ, ਮੈਂ ਜਦੋਂ ਗੁਰਦੁਆਰਾ ਕਮੇਟੀ 'ਚ ਆਪਣੀ ਮੀਟਿੰਗ ਅਟੈਂਡ ਕਰਨ ਗਿਆ ਸੀ, ਮੇਰਾ ਸਿਰ, ਮੇਰਾ ਨੱਕ, ਮੇਰਾ ਮੂੰਹ, ਕੰਨ ਸਭ ਕੱਟੇ ਗਏ ਸੀਗੇ, ਮੈਂ ਭੱਜਿਆ ਨਹੀਂ ਅਤੇ ਅੱਜ ਤੁਹਾਡੇ ਕੋਲੋਂ ਵੀ ਨਹੀਂ ਭੱਜਿਆ। ਦੇਖ ਲਿਆ, ਮੁਲਕ ਤੁਹਾਡਾ, ਜਗ੍ਹਾ ਤੁਹਾਡੀ, ਬੰਦੇ ਤੁਹਾਡੇ ਕੰਨਾਂ 'ਚ ਮੁੰਦਰਾਂ ਪਾ ਕੇ, ਸ਼ਰਾਬਾਂ ਪੀ ਕੇ, ਡਰੱਗਸ ਖਾ ਕੇ ਤੁਸੀਂ ਇੱਥੇ ਮੇਰੇ 'ਤੇ ਹਮਲਾ ਕੀਤਾ, ਮੇਰੇ 'ਤੇ ਕੋਈ ਅਸਰ ਨਹੀਂ, ਮੈਂ ਇੱਥੇ ਬੈਠਾ ਵਾਂ, ਜਿੱਥੇ ਕਹਿੰਦੇ ਹੋ ਮੈਂ ਫਿਰ ਆਉਣ ਨੂੰ ਤਿਆਰ ਹਾਂ। ਤੁਸੀਂ ਉਹ ਲੋਕੀ ਹੋ ਜਿਹਨੂੰ ਕਿਸੇ ਨੇ, ਜਿਹੜਾ ਉਹ ਬੇਅੰਤ ਸਿੰਘ ਚੀਫ ਮਿਨਿਸਟਰ ਆ, ਜਿਹੜਾ ਵੱਡਾ ਤੁਹਾਡਾ ਇੱਥੇ ਲੀਡਰ ਬਣਿਆ ਫਿਰਦਾ ਇੱਕ ਬਲਾਕਾ ਸਿੰਘ, ਉਹ ਆਖਦਾ ਕਿ ਬੇਅੰਤ ਸਿੰਘ ਨੂੰ ਕਿਉਂ ਗਾਲਾਂ ਕੱਢਦੇ ਹੋ, ਮੈਨੂੰ ਤਾਂ ਉਸਨੇ ਪੰਜਾਬ 'ਚੋਂ ਬਚਾ ਕੇ ਕੱਢਿਆ ਸੀਗਾ, ਮੈਂ ਤਾਂ ਉਹਦੇ ਕਰਕੇ ਆਇਆ। ਇੱਕ ਹੋਰ ਤੁਹਾਡਾ ਲੀਡਰ ਆ ਜਿਹੜਾ ਬਿੱਟੂ ਨੂੰ ਸਰੋਪਾ ਦਿੰਦਾ ਅਨੰਦਪੁਰ ਸਾਹਿਬ ਦੀ ਧਰਤੀ 'ਤੇ, ਮੈਂ ਸਮਝਦਾ ਵਾਂ ਕਿ ਤੁਸੀਂ ਕਿੰਨੇ ਕੁ ਪੰਥਕ ਹੋ ਸਾਨੂੰ ਪਤਾ, ਲੇਕਿਨ ਤੁਹਾਡੀਆਂ ਧਮਕੀਆਂ ਤੋਂ,
ਤੁਹਾਡੇ ਇਹੋ ਜਿਹੇ ਗਾਣਾਂ ਤੋਂ, ਤੁਹਾਡੇ ਇਹੋ ਜਿਹੇ ਹਮਲਿਆਂ ਤੋਂ ਬਿਲਕੁਲ ਨਹੀਂ ਮੈਂ ਡਰਦਾ। ਮੈਂ ਡਟ ਕੇ ਖੜਾ ਵਾਂ, ਸਿੱਖੀ 'ਤੇ ਖੜਾ ਵਾਂ, ਸਿੱਖੀ 'ਤੇ ਪਹਿਰਾ ਦੇਵਾਂਗਾ ਔਰ ਵੇਟ ਕਰਾਂਗਾ। ਤੁਸੀਂ ਮੈਨੂੰ ਗੋਲੀ ਮਾਰ ਕੇ ਮੇਰੀ ਆਵਾਜ਼ ਬੰਦ ਕਰ ਸਕਦੇ ਹੋ, ਮੇਰਾ ਜਜ਼ਬਾ ਤੁਸੀਂ ਖਤਮ ਨਹੀਂ ਕਰ ਸਕਦੇ ਔਰ ਜਜ਼ਬਾ ਹਮੇਸ਼ਾ ਜਿੰਦਾ ਰਹੇਗਾ, ਜਿਵੇਂ ਮੇਰੇ ਪਿਤਾ ਜਥੇਦਾਰ ਸੰਤੋਖ ਸਿੰਘ ਦਾ ਅਖੀਰਲੇ ਵੇਲੇ ਤੱਕ ਖੜਾ ਰਿਹਾ ਸੀ। ਮਨਜੀਤ ਸਿੰਘ ਜੀ ਕੇ ਜੀ, ਮੈਂ ਅਖੀਰੀ ਗੱਲ ਅੱਜ ਦੀ ਇਸ ਨਿਊਜ਼ ਬੁਲੇਟ ਦੇ ਵਿੱਚ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹਾਂਗਾ ਕਿ ਇਹ ਹਮਲਾ ਉਸ ਵੇਲੇ ਹੋਇਆ ਜਦੋਂ ਤੁਸੀਂ ਕੋਈ ਰਾਜਨੀਤਿਕ ਭਾਸ਼ਣ ਨਹੀਂ ਕਰ ਰਹੇ ਸੀ, ਇਹ ਹਮਲਾ ਤੁਹਾਡੇ ਦੇ ਉੱਤੇ ਉਸ ਵੇਲੇ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਦੋਂ ਤੁਸੀਂ ਕੋਈ ਕਿਸੇ ਦੇ ਅਗੇਂਸਟ ਗੱਲ ਨਹੀਂ ਸੀ ਕਰ ਰਹੇ, ਤੁਸੀਂ ਸਿਰਫ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਜਿਹੜੀ ਸੱਚ ਦੀ ਦੀਵਾਰ ਹੈ, ਰਾਈਟ, ਉਸ ਦੇ ਬਾਰੇ ਚ ਗੱਲ ਕਰ ਰਹੇ ਸੀ, ਉਸ ਨੂੰ ਕਿਵੇਂ ਐਕਸਟੈਂਡ ਕਰਨਾ? ਤੁਸੀਂ ਤੁਸੀਂ ਲੌਜੀਕਲ ਗੱਲਾਂ ਕਰ ਰਹੇ ਹੋ, ਇਹ ਬੰਦਿਆਂ ਦਾ ਇਹ ਬੰਦਿਆਂ ਦਾ ਲੌਜੀਕ ਹੈ, ਮੈਂ ਉਹੀ ਕਹਿ ਰਿਹਾ। ਇਹ ਇਸ ਵੇਲੇ ਅਸੀਂ ਕੌਮ ਦੇ ਮਸਲਿਆਂ ਦੀ ਗੱਲ ਕਰ ਰਹੇ ਹਾਂ, ਅਸੀਂ ਇਸ਼ੂਜ਼ ਦੀ ਗੱਲ ਕਰ ਰਹੇ ਹਾਂ। ਮੈਂ ਸਮਝਦਾ ਇਹ ਵੀ ਗੱਲਾਂ ਛੋਟੀਆਂ, ਜੇ ਗੁਰੂ ਗ੍ਰੰਥ ਸਾਹਿਬ ਦਾ ਜਿੱਥੇ ਪ੍ਰਕਾਸ਼ ਹੈ 5-7 ਹਜ਼ਾਰ ਬੰਦਾ ਬੈਠਾ, ਜੇ ਤੁਸੀਂ ਗੁਰੂ ਦੀ ਬੇਦਬੀ ਤਾਂ ਤੁਸੀਂ ਕਰਦੇ ਹੋ, ਤੁਸੀਂ ਤਾਂ ਰੋਜ਼ ਬਰਗਾੜੀ ਕਰਦੇ ਪਏ ਹੋ, ਤੁਸੀਂ ਇੱਥੇ ਰੋਜ਼ ਛਿਤਰੋ ਛਿਤਰੀ ਹੁੰਦੇ ਪਏ ਹੋ, ਤੁਸੀਂ ਜੁੱਤੀਆਂ ਲੈ ਕੇ ਪੁਲਿਸ ਅੰਦਰ ਵਾੜ ਦਿੰਦੇ ਹੋ ਗੁਰਦੁਆਰਿਆਂ 'ਚ, ਤੁਸੀਂ ਸਾਨੂੰ ਸਵਾਲ ਕਰਦੇ ਹੋ? ਮੈਂ ਸਮਝਦਾ ਤੁਸੀਂ ਕੱਲ੍ਹ ਜੋ ਕੀਤਾ ਸੀਗਾ ਉੱਥੇ ਬੱਖਣ ਸ਼ਾਹ ਲਬਾਣਾ ਦੇ, ਮੈਂ ਤੁਸੀਂ ਬਖਸ਼ੇ ਨਹੀਂ ਜਾ ਸਕਦੇ। ਅੱਜ ਜੋ ਤੁਸੀਂ ਕੀਤਾ, ਮੀਡੀਆ, ਮੀਡੀਆ ਇੱਕ ਥੰਮ ਹੁੰਦਾ ਹੈ ਮੁਲਕ ਦਾ, ਮੀਡੀਆ ਇੱਕ ਜਿਹੜੀ ਜਿਸ ਤਰ੍ਹਾਂ ਜੁਡੀਸ਼ਰੀ ਨੂੰ ਕਹਿੰਦੇ ਹੋ, ਐਗਜ਼ੈਕਟਿਵ ਨੂੰ ਕਹਿੰਦੇ ਹੋ, ਉੱਦਾਂ ਮੀਡੀਆ ਇੱਕ ਥੰਮ ਹੁੰਦਾ। ਅੱਜ ਮੇਰੇ 'ਤੇ ਹਮਲਾ ਨਹੀਂ ਹੈ, ਅੱਜ ਜਸ ਪੰਜਾਬੀ 'ਤੇ ਹੈ। ਇਹ ਉਹ ਚੈਨਲ ਹੈ ਜਿਹੜਾ ਤੁਹਾਨੂੰ ਦਿਖਾਉਂਦਾ ਰੋਜ਼, ਲੇਕਿਨ ਮੈਂ ਸਮਝਦਾ ਅੱਜ ਤੁਸੀਂ ਇਹਨਾਂ ਨੂੰ ਵੀ ਸ਼ਰਮਸਾਰ ਕੀਤਾ। ਜੀ ਕੇ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਮੇਰਾ ਖਿਆਲ ਹੈ ਕਿ ਹਕੀਕਤਾਂ ਜਿਹੜੀਆਂ ਨੇ ਉਹ ਵੀਡੀਓ ਦੇ ਨਾਲ ਸਾਰੀਆਂ ਸਾਹਮਣੇ ਆਉਣੀਆਂ ਨੇ ਕਿ ਕਿਸ ਤਰ੍ਹਾਂ ਤੁਸੀਂ ਬਕਾਇਦਾ ਤੌਰ ਦੇ ਉੱਤੇ ਹਿੰਮਤ ਦੇ ਨਾਲ ਇਕੱਲਿਆਂ ਨੇ ਬਕਾਇਦਾ ਤੌਰ ਦੇ ਉੱਤੇ ਫਾਈਟ ਕੀਤੀ ਹੈ। ਉਹ ਕੁਛ ਦੱਸਣ ਦੀ ਜ਼ਰੂਰਤ ਨਹੀਂ ਹੈ, ਉਹ ਜਿਹੜੀਆਂ ਵੀਡੀਓਜ਼ ਨੇ ਉਹ ਬਕਾਇਦਾ ਤੌਰ ਦੇ ਉੱਤੇ ਨਾਲ ਚੱਲਣਗੀਆਂ। ਤੁਹਾਡਾ ਧੰਨਵਾਦ। ਜਸ ਬ੍ਰੌਡਕਾਸਟਿੰਗ ਇੱਕ ਵਾਰ ਫਿਰ ਤੋਂ ਉਹਨਾਂ ਗੁੰਡਿਆਂ ਨੂੰ ਇਹ ਦੱਸਣਾ ਚਾਹੁੰਦਾ ਹੈ ਕਿ ਸਾਡੇ ਸਟੂਡੀਓ 'ਚ ਮਹਿਮਾਨ ਆਉਣਗੇ, ਆਪਣਾ ਪੱਖ ਵੀ ਰੱਖਣਗੇ, ਅਤੇ ਉਹਨਾਂ ਦੀ ਆਵਾਜ਼ ਨੂੰ ਜਨਤਾ ਤੱਕ ਪਹੁੰਚਾਉਣਾ ਸਾਡੀ ਜ਼ਿੰਮੇਵਾਰੀ ਵੀ ਹੈ, ਅਤੇ ਅਸੀਂ ਇਹ ਜ਼ਿੰਮੇਵਾਰੀ ਬਖੂਬੀ ਨਿਭਾਵਾਂਗੇ। ਸਟੂਡੀਓ ਦੇ ਬਾਹਰ ਆ ਕੇ ਹਮਲਾ ਕਰਨ ਵਾਲਿਆਂ ਤੋਂ ਅਸੀਂ ਡਰਦੇ ਨਹੀਂ, ਕਿਉਂਕਿ ਸਾਨੂੰ ਪਤਾ ਹੈ ਕਿ ਤੁਹਾਡਾ ਨਸ਼ਾ ਜਲਦੀ ਉਤਰ ਜਾਵੇਗਾ।